ਤੀਜੇ ਵੀਕ ਅਤੇ ਹੈਂਡਸਮ ਜੱਟਾ ਦੋ ਅਜਿਹੇ ਗਾਣੇ ਜੋ ਪਾਲੀਵੁੱਡ ਦੇ ਵਿੱਚ ਸੁਪਰ ਡੂਪਰ ਹਿੱਟ ਰਹੇ ਔਰ ਇਹਨਾਂ ਗਾਣਿਆਂ ਨੂੰ ਆਵਾਜ਼ ਦਿੱਤੀ ਹੈ ਨਨ ਅਦਰ ਦੈਨ ਜਾਰਡਨ ਸੰਧੂ ਨੇ ਅਤੇ ਹੁਣ ਆਪਣੇ ਹੀ ਗਾਣੇ ਦੇ ਵਿੱਚ ਬਣ ਕੇ ਆ ਰਹੇ ਨੇ ਹੀਰੋ ਜਾਰਡਨ ਸੰਧੂ ਔਰ ਇਸ ਦੀ ਜਾਣਕਾਰੀ ਦਿੱਤੀ ਹੈ ਜੀ ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਅਪਲੋਡ ਕਰਕੇ ਜਿੱਥੇ ਲਿਖਿਆ ਹੈ ਜਾਰਡਨ ਸੰਧੂ ਇਨ ਐਂਡ ਐਜ਼ ਹੀਰੋ ਫਿਲਹਾਲ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਗਾਣੇ ਦੇ ਲਿਰਿਕਸ ਨੇ ਬੰਟੀ ਬੈਂਸ ਦੇ ਵੱਲੋਂ ਔਰ ਮਿਊਜ਼ਿਕ ਹੈ ਡੇਵਿਸ ਸਿੰਘ ਦਾ ਫਿਲਹਾਲ ਇਹ ਹੀਰੋ ਕਦ ਆ ਰਿਹਾ ਇਸ ਦੀ ਕੋਈ ਵੀ ਜਾਣਕਾਰੀ ਹਜੇ ਰਿਵੀਲ ਨਹੀਂ ਕੀਤੀ ਗਈ ਪਰ ਉਮੀਦ ਕਰਦੇ ਹਾਂ ਕਿ ਜਾਰਡਨ ਸੰਧੂ ਦਾ ਇਹ ਗਾਣਾ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਏਗਾ।